ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਣੇ ਮਸਲੀਨ ਦੇ ਦੁਪੱਟਿਆਂ ਦਾ ਖਾਣਾ ਆ ਚੁੱਕਿਆ, ਇਹਦੇ ਪਿੱਛੇ ਸਾਡਾ ਕੰਮ ਖੜਾ ਸੀ। ਦੇਖਾਂ ਗੁਰਲੀਨ ਕੁਆਲਿਟੀ ਸੇਮ ਭੇਜੀ ਆ, ਕੈਂਚੀ। ਕਾਫੀ ਕਸਟਮਰ ਘਰ ਤੋਂ ਮੁੜਦੇ ਆ ਜਾ ਰਹੇ ਸੀ, ਦੁਪੱਟੇ ਕਾਫੀ ਭੈਣਾਂ ਵਿਚਾਰੀਆਂ ਸਾਨੂੰ ਦੁਪੱਟੇ ਦੇ ਦੁਪੱਟੇ। ਕੱਲ ਮੇਰੀ ਨਣਦਾਂ ਵੀ ਅਸੀਂ ਚਲੀਆਂ ਗਈਆਂ, ਉਹ ਵੀ ਦੁਪੱਟੇ ਮੰਗਦੀਆਂ ਸੀ ਮਸਲੀਨ ਦੇ, ਫਿਰ ਜੋਰਜੱਟ ਦੇ ਦੁਪੱਟੇ ਲੈ ਕੇ ਗਈਆਂ ਨੇ, ਕੋਈ ਦੂਜੀ ਲੈ ਗਈਆਂ ਟੈਡੀ ਵਾਲੇ। ਪੱਕਾ ਬਿੱਲ ਤੁਸੀਂ ਕੱਢ ਲਿਆ ਜੋ, ਪੱਕਾ ਬਿੱਲ ਤਾਂ ਪਾਇਆ ਨਹੀਂ ਉਹਨਾਂ ਨੇ ਨਾ, ਆਹੀ ਹੈ ਪੱਕਾ ਬਿੱਲ ਮਿਲਾ, ਉਹਨਾਂ ਨੇ ਮੈਨੂੰ ਵਟਸਐਪ 'ਤੇ ਪਾਇਆ। ਬਿੱਲੀ ਨੇ ਤਾਂ ਸਿਰਫ ਉਹ ਲਿਖਿਆ ਹੋਇਆ, ਮੀਟਰ ਲਿਖਿਆ ਹੋਇਆ ਉਹਨਾਂ ਦਾ। ਬਹੁਤ ਪਿਆਰੀ ਕੁਆਲਿਟੀ ਹੈ ਮਸਲੀਨ ਦੀ, ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਚੱਲਣ ਵਾਲੇ ਦੁਪੱਟੇ ਨੇ। ਅਸੀਂ ਜਿੰਨੇ ਵੀ ਗਰਮੀਆਂ ਵਾਲੇ ਫੈਬਰਿਕ ਦੇ ਬਣਾਏ ਨੇ ਸੂਟ, ਹੈ ਨਾ, ਸਾਰਿਆਂ ਨਾਲ ਇਹੀ ਦੁਪੱਟਾ ਲਾਇਆ, ਬਹੁਤ ਪਿਆਰਾ ਲੱਗਦਾ। ਅਤੇ ਕਾਫੀ ਭੈਣਾਂ ਕਹਿ ਦਿੰਦੀਆਂ ਨੇ ਕਿ ਦੀਦੀ ਇਕੱਲੇ ਦੁਪੱਟੇ ਭੇਜ ਦਿਓ ਜੀ, ਇਕੱਲੇ ਦੁਪੱਟੇ ਤਾਂ ਬਹੁਤ ਔਖੇ ਨੇ, ਮੁਸ਼ਕਿਲ ਹੈ ਜੀ। ਇਕੱਲਾ ਦੁਪੱਟਾ ਤੁਹਾਨੂੰ ਮਹਿੰਗਾ ਵੀ ਪਊਗਾ, ਪਤਾ ਸਾਰਾ 400 ਦਾ ਦੁਪੱਟਾ ਹੁੰਦਾ, 450 ਦਾ 100 ਰੁਪਏ ਤੁਹਾਨੂੰ ਉੱਥੇ ਪਾਰਸਲ ਦੇ ਪੈ ਜਾਂਦੇ ਨੇ, 550-600 ਦੇ ਵਿੱਚ। ਉਹੀ ਜੇ 100 ਰੁਪਏ ਤੁਸੀਂ ਦੁਪੱਟੇ ਮੰਗ ਰਹੇ ਨਾ ਪਾਰਸਲ ਦੇ ਲੈਣਾ, ਫਿਰ ਤੁਸੀਂ ਆਪਣੇ ਵਾਲੇ ਸ਼ਹਿਰ 'ਚੋਂ ਖਰੀਦਿਆ ਕਰੋ ਜੀ। ਸੂਟ ਤਾਂ ਚਲੋ ਐਂ ਹੁੰਦਾ ਵੀ, ਹੈ ਨਾ, ਵੀ ਆਪਾਂ ਲੈ ਲਿਆ, ਦੁਪੱਟੇ ਮਗਰ ਨਾ ਪਾਰਸਲ ਪਾਇਆ ਕਰੋ। ਜਾਂ ਜਦੋਂ ਤੁਸੀਂ ਸਾਨੂੰ ਪ੍ਰਿੰਟਡ ਸੂਟ ਜਾਂ ਵਰਕ ਵਾਲਾ ਦੁਪੱਟਾ, ਹੈ ਨਾ, ਵਰਕ ਵਾਲਾ ਸੂਟ ਕਹਿੰਦੇ ਹੁੰਦੇ ਹੋ, ਤਾਂ ਉਦੋਂ ਕਹਿ ਦਿਆ ਕਰੋ ਜੀ ਵਾਈਟ ਦੁਪੱਟੇ ਸਾਨੂੰ ਨਾਲ ਇੰਨੇ ਪਾ ਦਿਓ, ਫਿਰ ਉਸੇ ਪਾਰਸਲ 'ਚ ਹੀ ਚਲਾ ਜਾਂਦਾ ਹੁੰਦਾ। ਠੀਕ ਹੈ, ਇੱਧਰ ਮਾਸਟਰ ਜੀ ਸਨਾਮ ਤੋਂ ਆਏ ਨੇ, ਲੈ ਕੇ ਆਏ ਨੇ ਫਰੂਟ, ਮੇਰਾ ਫੇਵਰੇਟ ਆ ਆਲੂ ਬੁਖਾਰਾ। ਜਾਂ ਤਾਂ ਕਹਿੰਦੇ ਹੁੰਦੇ ਨੇ ਕਮਲੀ ਨਹਾਉਂਦੀ ਨਹੀਂ, ਜਿੱਦਾਂ ਨਹਾਉਂਦੀ ਤਾਂ ਪਿੰਡਾਂ 'ਚ ਏੜਦੀ ਆ। ਦੇਖਿਓ ਕੋਲਗੇਟ ਲਿਆ ਕੇ ਸਿੱਟ ਦੇਣਗੇ, ਪਰ ਕਰਨਗੇ ਮੇਰੇ ਵਾਲਾ ਪੇਸਟ, ਮੇਰੇ ਵਾਲੇ ਨੂੰ ਇੰਨੇ ਖਾਦੇ ਨੂੰ ਹੋ ਗਏ, ਖਤਮ ਹੋਏ ਪਏ, ਕਿਸੇ ਨੇ ਲਿਆ ਕੇ ਨਹੀਂ ਦਿੱਤਾ। ਡਾਬਰਾ ਦਾ ਰੈੱਡ ਦਾ ਕੱਲ੍ਹ ਦਾ ਅੰਬ ਪਿਆ, ਉਹ ਆਪਣੇ ਲੱਗੇ ਹੋਏ ਨੇ ਖੇਤ, ਉੱਥੋਂ ਆਪਣੇ ਅੰਬ ਦਾ ਅੰਬ ਹੈ, ਇੱਥੇ ਬੁਟੀਕ 'ਚ ਸਿੱਟ ਰੱਖਿਆ ਸੀ ਚੱਕਦੀ। ਆੜੂ ਲੈ ਕੇ ਖਰੀਦੀ ਸਾਰਾ ਸਬਜ਼ੀ, ਅੰਬ ਅੰਬ ਨਹੀਂ ਤਾਂ ਕੁਛ ਵੱਡਾ ਸਾਰਾ ਕੀ ਰੁੜ ਗਿਆ ਥੱਲੇ, ਅੰਬ ਇੱਕ ਤਾਂ ਅੰਬ ਲੱਗਦੇ ਨੇ, ਇੱਕ ਕੀ ਇੱਕ ਉਹ ਹੈਗਾ ਪਪੀਤਾ। ਜਦ ਮਾਸਟਰ ਫਰੂਟ, ਮਾਸਟਰ ਜੀ ਫਰੂਟ ਲੈ ਕੇ ਨਹੀਂ ਆਉਂਦੇ ਕਈ ਦਿਨਾਂ ਦੇ, ਹੁਣ ਕੁਛ ਨਹੀਂ ਲਿਆਉਂਦਾ ਸੀ ਮੈਂ ਬੱਚਿਆਂ ਨੂੰ, ਕੋਈ ਫਰੂਟ ਫਰਾੜ ਲਿਆ ਦਿਓ, ਹੈ ਨਾ, ਆਪ ਨੂੰ 11 ਵਜੇ ਭੁੱਖ ਲੱਗਦੀ, ਮੂੰਹ 'ਚ ਪੈ ਜਾਂਦਾ। ਅੱਜ ਫਿਰ 4 ਵਰਾਇਟੀਆਂ ਦੇ ਫਰੂਟ ਲਿਆ ਤੇ ਇੱਕ ਨਹੀਂ ਇੱਦਾਂ ਧੋ ਕੇ ਖਾਈ, ਮੈਨੂੰ ਵੀ ਗੁਰਲੀਨ ਦਵਾਈ ਲੱਗੀ ਹੁੰਦੀ ਧੋ ਕੇ ਖਾਈ। ਲਓ ਜੀ ਆਪਾਂ ਰਸੋਈ ਦੇ ਵਿੱਚ ਚੱਲਦੇ ਹਾਂ, ਅਤੇ ਮੈਂ ਤਾਂ ਰੋਟੀ ਬਣਾਉਣੀ, ਦੁਪਹਿਰ ਦਾ ਟਾਈਮ ਹੋ ਗਿਆ। ਤੜਕੇ ਕਾਹਤੋਂ ਨਹੀਂ ਖਾ ਕੇ ਗਈ ਤੇ ਮੈਂ ਆਪਣੇ ਲਈ ਬਣਾਉਂਗੀ ਓਟਸ ਦੀ ਰੋਟੀ। ਠੀਕ ਹੈ, ਤੁਹਾਨੂੰ ਨਾਲੇ ਉਹ ਦੱਸਦੇ ਹਾਂ ਵੀ ਓਟਸ ਦੀ ਰੋਟੀ ਕਿਵੇਂ ਬਣਾਉਣੀ ਹੈ, ਨਾਲੇ ਆਪਾਂ ਦੂਜਿਆਂ ਦੀ ਸਾਰਿਆਂ ਦੀ ਰੋਟੀ ਬਣਾ ਦਈਏ। 1:30 ਵੱਜ ਗਿਆ ਜੀ, ਚਲੋ ਚਲੀ ਲਿਆ ਗੁਰਲੀਨ ਸਮਾਨ ਚੁਕਾ।
ਝਟਕੀਏ ਬੁੱਲੀ ਨਾ ਤੇ ਚੌਕ ਚੁਕਲੇ ਜੇ ਕੱਢ ਦੋ ਇਧਰ ਢਿੱਡ ਚ ਪਾ ਲੈਣੀ ਕੋਈ ਨਾ ਢਿੱਡ ਚ ਪਾ ਲੈਣੀ ਕੋਈ ਨਾ ਬੇਚਾਰੀਆਂ ਬੱਚਿਆਂ ਨੂੰ ਤਾਂ ਦੋ ਦਿਨ ਦਾ ਪਾ ਲਾ ਢਿੱਡ ਚ ਦੁੱਧ ਕਰੀਮਾ ਕਰੀਮਾ ਇਹ ਚੌਕਲੇਟ ਜੁੱਤੇ ਵਾਲੇ ਦੀਦੀ ਲੈ ਕੇ ਆਏ ਸੀ ਜਗ੍ਹਾ ਕਰ ਲਈ ਥੋੜ੍ਹੀ ਜਿਹੀ ਫਰਿੱਜ 'ਚ ਚੌਕ ਚੁਕਲੇਟ ਪੈ ਗਏ ਰਸੋਈ ਦੇ ਵਿੱਚ ਫਰਿੱਜ 'ਚ ਮੈਨੂੰ ਸਭ ਤੋਂ ਘਟੀਆ ਚੀਜ਼ ਇਹ ਲੱਗਦੀ ਮੈਨੂੰ ਅਜੇ ਵੀ ਨਹੀਂ ਵਧੀਆ ਲੱਗਦੀ ਤੁਹਾਨੂੰ ਕਿਉਂ ਲਿਆਉਂਦੇ ਨੇ ਸਾਡੇ ਘਰ ਦੇ ਲਓ ਜੀ ਆਪਾਂ ਫਰੂਟ ਧੋ ਲਈਏ ਜਗ੍ਹਾ ਫਰਿੱਜ ਥੋੜ੍ਹੀ ਜਿਹੀ ਬਣਾਈਏ ਜਦੋਂ ਆਪਣਾ ਘਰ ਬਣ ਗਿਆ ਨਾ ਉਹ ਲਵਾਂਗੇ ਆਪਾਂ ਵੱਡਾ ਫਰਿੱਜ ਲਵਾਂਗੇ ਫਿਰ ਉਹਦੇ ਵਿੱਚ ਸਾਰੇ ਫਰੂਟ ਵਗੈਰਾ ਜਿਵੇਂ ਹਫ਼ਤੇ 10 ਦਿਨਾਂ ਦੇ ਇਕੱਠੇ ਲਿਆਂਦੇ ਠੀਕ ਹੈ ਕਿਉਂਕਿ ਬੱਚੇ ਹੈ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਦੁੱਧ ਦੱਧ ਘੱਟ ਪੀਂਦੇ ਨੇ ਜਦੋਂ ਭੁੱਖ ਲੱਗੀ ਹੈ ਫਿਰ ਜੇ ਨਹੀਂ ਫਰੂਟ ਹੈਗਾ ਫਿਰ ਆਣਾ ਹੈਲਦੀ ਚੀਜ਼ਾਂ ਖਾਂਦੇ ਆ ਬਿਸਕੁਟ ਬਸਕਟ ਖਾਣ ਲੱਗ ਜਾਂਦੇ ਨੇ ਚੱਕ ਵੀ ਨਹੀਂ ਜੇ ਭੁੱਖ ਲੱਗੇ ਚਲੋ ਆ ਬੱਚੇ ਨੂੰ ਫਰੂਟ ਦੇ ਤਾਂ ਫਿਰ ਲੰਘ ਜਾਂਦੇ ਨੇ ਮੈਂਗੋ ਸਾਡੇ ਘਰ ਦੇ ਵਿੱਚ ਕੋਈ ਨਹੀਂ ਖਾਂਦਾ ਮੈਂਗੋ ਲਿਆਂਦਾ ਜਾਂਦਾ ਜੀ ਸਿਰਫ ਸਮੂਦੀ ਬਣਾਉਣ ਦੇ ਲਈ ਮੈਂਗੋ ਸ਼ੇਕ ਵਾਸਤੇ ਵਰਤਿਆ ਜਾਂਦਾ ਹੁਣ ਜਿਹੜੀ ਘੱਟ ਕੇ ਘੱਟ ਖਾਂਦੇ ਪਪੀਤਾ ਵੀ ਇੰਨਾ ਜ਼ਿਆਦਾ ਵੀ ਉਹ ਤਾਂ ਤੁਸੀਂ ਘੱਟ ਲਿਆਓ ਇਹ ਨਹੀਂ ਧੋਦੇ ਆਪਾਂ ਇਹ ਨਹੀਂ ਰੱਖ ਲੈਂਦੇ ਲਓ ਜੀ ਫਰੂਟ ਆਪਣੇ ਧੋਤੇ ਗਏ ਇਹਨਾਂ ਨੂੰ ਸੁੱਕੇ ਜਾਣਗੇ ਫਿਰ ਆਪਾਂ ਸਾਂਭ ਦਿਆਂਗੇ ਮੈਨੂੰ ਟੈਂਸ਼ਨ ਰੋਟੀ ਬਣਾਓ
ਲਓ ਜੀ ਆਪਾਂ ਰੋਟੀ ਬਣਾਉਣੇ ਆ ਅਤੇ ਮੈਂ ਥੋੜ੍ਹਾ ਜਿਹਾ ਗੁੰਨਲਾ ਆਟਾ ਓਟਸ ਦਾ, ਦੋ ਰੋਟੀਆਂ ਜੋਗਾ ਆਪਣੇ ਜੋਗਾ ਜਿਹਦੇ ਨਾਲ ਦੋ ਗੁਲ ਕੇ ਬਣ ਜਾਣ। ਉਂਝ ਓਟਸ ਦਾ ਆਟਾ ਵੀ ਆਉਂਦਾ ਹੈਗਾ ਹੈ ਨਾ, ਅਤੇ ਤੁਸੀਂ ਘਰ 'ਚ ਵੀ ਬਣਾ ਸਕਦੇ ਹੋ। ਜਿਵੇਂ ਆਪਣੇ ਕੋਲ ਓਟਸ ਨੇ, ਮੈਂ ਹਮੇਸ਼ਾ ਜਿਹੜੇ ਸਾਡੇ ਘਰ 'ਚ ਓਟਸ ਆਉਂਦੇ ਨੇ ਰੋਲਡ ਓਟਸ ਆਉਂਦੇ ਨੇ, ਉਂਝ ਜੀ ਸਭ ਤੋਂ ਜ਼ਿਆਦਾ ਜਿਹੜੇ ਹੈਲਦੀ ਓਟਸ ਹੁੰਦੇ ਨੇ ਹੈ ਨਾ, ਇੱਕ ਰੋਲਡ ਓਟਸ ਅਤੇ ਇੱਕ ਇਹ ਸਟੀਲ ਘੱਟ ਓਟਸ ਹੁੰਦੇ ਨੇ ਮੇਰੇ ਕੋਲ, ਰੋਲਡ ਨੇ ਇਹਨੂੰ, ਰੋਲਡ ਬੋਲਦੇ ਨੇ, ਇਸ ਤਰ੍ਹਾਂ ਦੇ ਹੁੰਦੇ ਨੇ ਇਹ। ਅਤੇ ਮਨਵੀਰ ਅਤੇ ਰਿਪਨ ਤਿੰਨੋਂ ਅਸੀਂ ਖਾਂਦੇ ਹਾਂਗੇ, ਰਿਪਨ ਨੇ ਘੱਟ ਖਾਂਦਾ, ਮਨਵੀਰ ਗੁਰਲੀਨ ਮੈਂ, ਸਾਨੂੰ ਤਿੰਨਾਂ ਨੂੰ ਵਧੀਆ ਲੱਗਦਾ। ਉਂਝ ਜੀ ਜਿਵੇਂ ਕੁਛ ਹੈ ਨਹੀਂ ਫਿਰ ਖਾ ਵੀ ਲੈਂਦੇ ਨੇ, ਵੀ ਮੰਮਾ ਬਣਾ ਦਿਉ ਇਹਨੂੰ, ਤੁਸੀਂ ਮਿੱਠੇ ਬਣਾਉਣੇ ਨੇ, ਨਮਕੀਨ ਬਣਾਉਣੇ ਨੇ, ਜਿਵੇਂ ਮਰਜ਼ੀ ਬਣਾ ਸਕਦੇ ਹੋ। ਅਤੇ ਤੁਸੀਂ ਆਟਾ ਬਣਾਉਣ ਦੇ ਲਈ ਥੋੜ੍ਹਾ ਜਿਹਾ ਪੀਸ ਵੀ ਸਕਦੇ ਹੋ, ਅਤੇ ਇਸ ਤਰ੍ਹਾਂ ਆਟਾ ਵੀ ਆਉਂਦਾ ਆਪਣੇ ਕੋਲ, ਮੇਰੇ ਕੋਲ ਹੈਗਾ ਆਟਾ ਵੀ ਲਿਆ ਕੇ ਰੱਖਿਆ ਹੋਇਆ। ਜੇ ਤੁਸੀਂ ਨਹੀਂ ਪੀਸਣਾ ਜੀ ਤਾਂ ਤੁਸੀਂ ਹੈ ਨਾ ਰੋਲਡ ਨਹੀਂ ਪੀਸਣੇ, ਤਾਂ ਇਸ ਤਰ੍ਹਾਂ ਦਾ ਆਟਾ ਆਉਂਦਾ ਇਹ, ਇਸ ਤਰ੍ਹਾਂ। ਅਤੇ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਜਦੋਂ ਆਪਾਂ ਇਹਨੂੰ ਉਹ ਕਰਦੇ ਹਾਂਗੇ, ਛਾਣਦੇ ਹਾਂ, ਇਹਦੇ ਵਿੱਚ ਉਹ ਹੁੰਦਾ ਹੈਗਾ, ਤੁਹਾਨੂੰ ਐਂ ਲੱਗੂਗਾ ਵੀ ਉਹ ਨਿਕਲੀ ਜਾਂਦੇ ਨੇ ਇਹਦੇ ਉੱਪਰ, ਕੀ ਉਹ ਸੂਸੜ ਜਿਹਾ ਬਹੁਤ ਜ਼ਿਆਦਾ ਆਜੂ। ਤੁਸੀਂ ਕੀ ਕਹਿੰਦੇ ਉਹਨਾਂ ਨੂੰ, ਜਦੋਂ ਆਪਾਂ ਆਟਾ ਛਾਣਦੇ ਹੋ ਸੂਸੜ ਹੀ ਬੋਲਦੇ ਜਿਹੜਾ ਉੱਪਰ ਆ ਜਾਂਦਾ, ਪਰ ਇਹਨੂੰ ਬਿਨਾਂ ਛਾਣੀ ਉਹ ਕਰੋ ਜੀ, ਜੇ ਤੁਹਾਨੂੰ ਬਹੁਤ ਜ਼ਿਆਦਾ ਮੋਟਾ ਫਿਰ ਤੁਸੀਂ ਕੱਢ ਦਿਉ, ਕਿਉਂਕਿ ਇਹਦੇ ਵਿੱਚ ਫਾਈਬਰ ਹੁੰਦੀ ਆ, ਉਹ ਤੁਹਾਨੂੰ ਕਦੇ ਨਹੀਂ ਕੱਢਣੀ ਚਾਹੀਦੀ, ਠੀਕ ਹੈ। ਅਤੇ ਰੋਟੀ ਤਾਂ ਐਸੀ ਵੈਸੀ ਬਣਦੀ ਹੈ, ਕਣਕ ਵਰਗੀ ਰੋਟੀ ਤਾਂ ਕਾਹਨੂੰ ਬਣਦੀ ਹੈ, ਫਿਰ ਵੀ ਤੁਸੀਂ ਬਣਾ ਸਕਦੇ ਹੋ। ਥੋੜ੍ਹਾ ਜਿਹਾ ਆਟਾ ਗੁੰਨ ਲਾ ਇਹਦਾ, ਅਤੇ ਫਿਰ ਆਪਾਂ ਰੋਟੀ ਬਣਾਉਂਦੇ ਹਾਂ, ਠੀਕ ਹੈ। ਚਲੋ ਤੁਹਾਨੂੰ ਆਟਾ ਗੁੰਨਣਾ ਵੀ ਮੈਂ ਦੱਸ ਦਿੰਦੀ ਹਾਂ, ਜਦੋਂ ਵੀ ਤੁਸੀਂ ਓਟਸ ਦਾ ਆਟਾ ਗੁੰਨੋਗੇ ਥੋੜ੍ਹਾ ਜਿਹਾ ਨਿੱਘੇ ਪਾਣੀ ਨਾਲ ਹੀ ਗੁੰਨਿਓ, ਠੀਕ ਹੈ। ਮੈਂ ਦੇਖੋ ਥੋੜ੍ਹਾ ਜਿਹਾ ਇੰਨਾ ਕੁ ਪਾਣੀ ਗਰਮ ਹੋਣ ਵਾਸਤੇ ਰੱਖ ਦਿੱਤਾ, ਬਸ ਜੋ ਨਿੱਘਾ ਜਿਹਾ ਹੋ ਗਿਆ ਫਿਰ ਗੁੰਨ ਲਾਂਗੇ ਆਪਾਂ। ਲਾਂਦੇ ਕਰ ਦਿਓ ਜੀ, ਗਰਮੀ ਦਾ ਮਹੀਨਾ ਅੱਜ ਕੱਲ੍ਹ ਤਾਂ ਉਹੀ ਗਰਮ ਹੋ ਜਾਂਦਾ। ਪਤਲੇ ਪਤਲੇ ਦੋ ਫੁਲਕੇ ਬਣ ਜਾਣਗੇ।
ਠੀਕ ਆ ਜੀ ਆਪਾਂ ਰੋਟੀ ਬਣਾ ਦਈਏ ਅਤੇ ਮੈਨੂੰ ਦੁਪੱਟਾ ਲਾ ਕੇ ਰੋਟੀ ਬਣਾਉਣੀ ਪਊਗੀ, ਗਰਮੀ ਬਹੁਤ ਆ ਰਸੋਈ 'ਚ, ਠੀਕ ਹੈ ਫਿਰ ਠਹਿਰ ਕੇ ਮਿਲਦੇ ਆਪਾਂ। ਲਓ ਜੀ ਜਿਹੜਾ ਟਾਈਮ ਆ ਸ਼ਾਮ ਦੇ 6 ਵੱਜ ਗਏ ਨੇ, ਮੈਂ ਮਾਸਟਰ ਜੀ ਨੂੰ ਦੇਖਣ ਆਈ ਸਿੱਧਰ ਖੇਤ ਵੱਲ, ਸੁਨਾਮ ਜਾ ਕੇ ਆਉਣਾ ਹੈਗਾ, ਸੂਰਜ ਛਿਪ ਰਿਹਾ ਮੇਰੇ ਪਿਛਲੇ ਪਾਸਿਓ। ਵਾਹਣ ਵੂਹਣ ਆਪਾਂ ਇੱਧਰ ਬੀਜ ਦਿੱਤੀ ਹੈ ਚਰੀ, ਮੱਕੀ ਨੂੰ ਪਾਣੀ ਲਾਤਾ, ਜੀਰੀ ਦੀ ਤਿਆਰੀ ਹੈ, ਬਸ ਬੀਜ ਦਾਂਗੇ ਜਲਦੀ ਹੋਈ। ਅੱਜ ਫਿਰ 2 ਪਏ ਨੇ ਘਰੇ ਅੰਬ, ਕੌਣ ਤੋੜ ਕੇ ਜਾਂਦਾ ਹੈ ਕਿ ਡਿੱਗ ਜਾਂਦੇ ਨੇ ਅੰਬ ਦਾ ਬੂਟਾ, ਦਿਖਾਈਏ 2-3 ਅੰਬ ਘਰੇ ਕੱਲ੍ਹ 7 ਲੈ ਗਿਆ, ਚੱਕ ਡਿੱਗ ਡੁੱਗ ਪੈਂਦੇ ਨੇ। ਇਹ ਲਓ ਜੀ ਚਰੀ ਆਪਾਂ ਬੀਜ ਦਿੱਤੀ ਹੈ, ਵੱਟਾਂ ਬੂਟਾਂ ਪੈ ਕੇ ਐਨ ਆਪਣਾ ਫਾਈਨਲ ਹੋ ਗਿਆ, ਹੁਣ ਬਸ ਜਿੱਦੇ ਸਰਕਾਰ ਕਹੂਗੀ ਪਾਣੀ ਛੱਡ ਦਾਂਗੇ। ਕਿੰਨੀ ਤਰੀਕ ਨੂੰ ਲਾਵਾਂਗੇ ਜੀਰੀ? ਕਿਉਂ ਇੰਨੇ ਦਿਨ ਪਹਿਲਾਂ ਹੀ ਕੁਰਸ ਚੱਕ ਕੇ ਲੈ ਜੂਗੀ, ਘਰ ਵਿਚਾਲੇ ਖੜ ਜੂਗਾ। ਸੱਚੀ ਦੀ ਪਾਣੀ ਪੂਣੀ ਨਾਲ ਸਾਡੇ ਤੇਰੇ ਚਾਚੇ ਨੂੰ ਪੁਲਿਸ ਨੂੰ ਚੁਕਾਉਣਾ, ਪਾ ਲੈਂਦੇ ਸਾਨੂੰ ਉੱਪਰਲਾ ਲੈਂਟਰ। ਆਹ ਡੇਕਾ ਡੂਕਾ ਸੰਗ ਗਿਆ ਨੇ ਨਾ, ਬਾਹਲਾ ਉਹ ਹੋਇਆ ਪਿਆ ਸੀ, ਹੁਣ ਸੁਣਿਆ ਜਿਹਾ ਹੋ ਗਿਆ ਇੱਥੇ, ਜੇ ਲੈਂਟਰ ਪਾਏ ਉਦੋਂ ਬਾਅਦ ਤਾਂ ਚੱਲ ਖਾ ਲੈਣ ਦੇ ਰੋਟੀਆਂ ਫਰੀ ਦੀਆਂ। ਐਤਕੀ ਨਾ ਮੇਰੀ ਇਹ ਸੋਚਿਆ ਹੋਇਆ ਸੀ ਅੰਬਾਂ ਦਾ ਅਚਾਰ ਥੋੜ੍ਹਾ ਪਾਵਾਂਗੇ, ਜ਼ਿਆਦਾ ਨਹੀਂ ਪਾਉਂਦੇ, ਵੀ ਆਪਾਂ ਐਤਕੀ ਆਪਣੇ ਵਾਲੇ ਅੰਬਾਂ ਦਾ ਅਚਾਰ ਪਾਵਾਂਗੇ, ਇਹ ਪਤਾ ਨਹੀਂ ਕਿਉਂ ਡਿੱਗੀ ਜਾਂਦੇ ਨੇ। ਇੱਕ ਅੱਧੇ ਦਿਨ ਆਈ ਡਿੱਗ ਗਈ ਸੀ, ਇੱਕ ਅੱਧੇ ਦਿਨ ਨੂੰ ਤੋੜ ਕੇ ਲੈ ਜਾਵਾਂਗੇ, ਹੁਣ ਤਾਂ ਅਚਾਰ ਵਾਲੇ ਹੋਏ ਪਏ ਨੇ। ਅਮਰੂਦ ਨੂੰ ਸਾਡੇ ਨੂੰ ਵੇਚ ਜਿਹਾ ਪੈ ਗਿਆ, ਪਤਾ ਨਹੀਂ ਕੀ ਹੋ ਗਿਆ। ਇਹ ਆਪਣੀ ਪੌਦਾ ਪਨੀਰੀ, ਮੱਕੀਆਂ ਮੁੱਕੀਆਂ ਰਮਾਈਆਂ ਨੇ ਇੱਧਰ, ਬਸ ਪੈ ਗਿਆ ਮਾੜਾ ਮੋਟਾ ਪਾਣੀ, ਅਸੀਂ ਤਾਂ ਜਦੋਂ ਲਾਉਣੀ ਹੋਊ ਉਦੋਂ ਪਾਵਾਂਗੇ, ਕੀ ਫਾਇਦਾ ਪਹਿਲੀ ਪਾਣੀ ਪਹਿਲੀ ਮੁੱਕੀ ਜਾਂਦਾ ਧਰਤੀ 'ਚੋਂ। ਮਿਸਤਰੀਆਂ ਵਾਲਾ ਜਾਣ ਦਾ ਟਾਈਮ ਹੋਇਆ, ਸ਼ੇਰ ਵੱਜ ਗਈ ਵਿਚਾਲ ਨੀ ਖੋਲਿਆ ਤਾਂ ਸੀ ਲੈ, ਉਹ ਬਾਅਦ ਤੱਕ ਡਿੱਗ ਗਈ ਪਾਈਪ, ਉਹ ਬੰਦ ਕਰ ਦੇ, ਅੱਜ ਵਿਆਹ ਰੋਈ ਮੈਂ ਬਹਿਣਾ, ਸੱਤੀ ਵੀ ਨਵਾਊਗਾ, ਅਸੀਂ ਤਾਂ ਸੁਨਾਮ ਜਾ ਕੇ ਉਹਨੇ ਮੇਰੇ ਕੱਪੜੇ ਗਿੱਲੇ ਹੋ ਜਾਣਗੇ। ਆ ਜਾਏ ਇਹ ਧੱਕਾ ਕਰਦੀ ਹੈ, ਰਿਪਨ ਤੋਂ ਠੀਕ ਨਹੀਂ ਆਉਂਦੀ, ਥੋੜ੍ਹਾ ਜਿਹਾ ਦੇਖੀ ਦੇਖ ਤਾਂ ਲਓ ਆਹ ਕਿੱਲ ਕਿਵੇਂ ਮੈਂ ਸੋਇਆ ਜਾਵਾਂ, ਦੂਰਾ ਕਰਤਾ ਚੰਪਲੀ ਆ ਜ਼ਿਆਦੇ, ਹੋ ਜਾ ਸੱਤੀ, ਇਹ ਤਾਂ ਹੋ ਲਿਆਉਣੀ ਪਊਗੀ, ਕਿੱਲ ਤਾਂ ਦੂਰਾ ਕਰ ਰੱਖਿਆ ਉਹਨੇ, ਇਹਦੇ ਕਲੰਪ ਜਿਹੜਾ ਦੋਗਾ, ਕਲੰਪ ਕਿੱਥੇ ਹੈਗਾ ਸਰ, ਨੂੰ ਥੋੜ੍ਹੇ ਜਿਹੇ ਹੱਥ ਨੱਖਾ ਨਵਾਂ ਸੜਿਆ ਕਰ ਬੇ, ਕੀ ਕਰੂਗਾ ਰੋਜ਼ ਹੀ ਕਹਿੰਦਾ ਮੇਰੇ ਤੋਂ ਵੀ ਦੁੱਖਦੀ ਆ। ਲਓ ਜੀ ਪੌਣੇ 7 ਹੋ ਗਏ, ਨਾ ਨਾ ਕਰਦੇ ਹਾਂ ਅਸੀਂ ਵੀ 6 ਵਜੇ ਤੁਰਾਂਗੇ, ਮਾੜਾ ਬਾਜ਼ਾਰ ਜਾ ਕੇ ਆਉਂਦੇ ਹਾਂ,
ਡਾਇਰ ਨੇ ਨਾ ਮੇਰੇ ਦੁਪੱਟੇ ਗਲਤ ਕਰਤੇ, ਅਸੀਂ ਉੱਧਰੋਂ ਪਾਰਸਲ ਲਾਉਣ ਵਾਲੇ ਖੜ੍ਹੇ ਹਾਂ। ਕਈ ਵਾਰੀ ਭੈਣਾਂ ਕਹਿੰਦੇ ਹੁੰਦੇ ਆ ਦੀਦੀ ਤੂੰ ਸੋਚ ਦਿੰਦੇ, ਕਹਿੰਦੇ ਅਸੀਂ ਗੁਰਮੀਤ ਤੁਸੀਂ ਸੋਚ ਦਿੰਦੇ, ਕਹਿੰਦੇ ਅਸੀਂ ਦੁਪੱਟੇ ਰਹਿੰਦੇ ਨੇ। ਕਈ ਵਾਰ ਨਾ ਡਾਇਰ ਦਾ ਦਿਮਾਗ ਪਤਾ ਨਹੀਂ ਕਿੱਥੇ ਜਾਂਦਾ, ਦੁਪੱਟੇ ਗਲਤ ਡਾਈ ਕਰਦੇ। ਜੇ ਹੁਣ ਨਾ ਗਏ ਸਵੇਰੇ ਫੜਾਏ ਫਿਰ ਕੱਲ੍ਹ ਨੂੰ ਦੁਪੱਟੇ ਮਿਲਣਗੇ, ਜੇ ਹੁਣ ਸ਼ਾਮ ਨੂੰ ਫੜਾਇਆ ਆ ਰਾਤ ਰੂਤ ਨੂੰ ਕਰ ਦੂਗਾ ਫਿਰ ਸਵੇਰੇ ਮਿਲ ਜਾਣਗੇ। ਇਸ ਕਰਕੇ ਜਾਣਾ ਜ਼ਰੂਰੀ ਹੈ। ਲੈ ਮੇਰੇ ਸੂਟ ਨਾਲ ਦਾ ਦੁਪੱਟਾ ਦੇ, ਕਿੱਥੇ ਭੈਣੇ ਚੱਲੀਏ। ਲੈ ਕੁੜੀ ਮੇਰੀ ਚੁੰਨੀ ਫੜਾ, ਹਾਂ ਗ੍ਰੀਨ। ਮਾਸਟਰ ਜੀ ਨੂੰ ਕਹੀਏ ਚੁੰਨੀਆਂ ਤਾਂ ਦੇ ਦਿਓ, ਕਿੱਥੇ ਨੇ ਕਿੱਥੇ? ਕਹਿੰਦੀ ਚਰਨਜੀਤ ਘੜੀ ਮੇਰੀ ਰਸੋਈ 'ਚ ਪਈ ਆ। ਚਲੋ ਜੀ ਮਾੜਾ ਬਾਜ਼ਾਰ ਜਾਇਆ ਜੀ, ਆ ਕੇ ਨਾ ਆਪਾਂ ਤੁਹਾਡੇ ਨਾਲ ਬੈਠ ਕੇ ਸ਼ਾਂਤੀ ਨਾਲ ਗੱਲ ਕਰਦੇ, ਸ਼ਾਂਤੀ ਜੇ ਮਿਲੂਗੀ। ਹਾਂ ਜੀ ਨੇ ਜਪੜਾ, ਜਿਹੜੀਆਂ ਕਹਿੰਦੇ ਦੋ ਵਾਈਟ ਡਰਾਈ ਕਰਾਉਣੇ ਨੇ ਉਹ ਵੀ ਫੜਾਈ ਦੇ ਭਰਾ, ਵਿੱਚ ਹੀ ਸੁੱਟ ਦੇ, ਫਿਰ ਮੈਂ ਗੱਲ ਕਰ ਆਉਂਗੀ। ਜ਼ਿਆਦਾ ਆਹ ਜੀ ਚੁੰਨੀ ਹੋਰ ਮਿਲ ਜੂਗੀ ਕਹੇ ਜੀ? ਉਹ ਤਾਂ ਪਈਆਂ ਹੋਰ, ਐਡਾ ਤਾਂ ਪੈਕਟ ਲਿਆਂਦਾ, ਇਹ ਕੀ ਬਾਲੀ ਸਿਮਰਨ ਦੀਦੀ ਨੂੰ ਇਹੀ ਦੇ ਦੇ ਤੂੰ, ਹੋਰ ਲੈ ਲਈ ਸੇਮ ਨਹੀਂ ਹੈਗੀ। ਇੱਕ ਵਾਰੀ ਤਾਂ ਧੋ ਵੀ ਨਹੀਂ ਪਾਇਆ ਜੀ। ਚਲੇ ਆ ਜਾਓ, ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਹਾਂਗੇ, ਠੀਕ ਹੈ? ਅਤੇ ਸਾਨੂੰ ਬਾਜ਼ਾਰ ਗਿਆ ਨੂੰ ਕਾਫੀ ਜ਼ਿਆਦਾ ਲੇਟ ਹੋ ਗਿਆ, ਅਤੇ ਬਸ ਅਸੀਂ ਹੁਣੇ ਆ ਕੇ ਖੜ੍ਹੇ ਹਾਂ, ਥੋੜ੍ਹਾ ਟਾਈਮ ਹੀ ਹੋ ਗਿਆ, ਠੀਕ ਹੈ ਜੀ? ਆਪਾਂ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ। ਅਤੇ ਸੱਚ ਹਾਂ ਇੱਕ ਗੱਲ ਆਪਾਂ ਹੋਰ ਕਰ ਲਈਏ, ਅਤੇ ਅੱਜ ਪੂਰਾ ਦਿਨ ਵਾਇਰਲ ਰਿਹਾ ਅੱਜ ਅਤੇ ਕੱਲ੍ਹ ਦਾ ਤਾਂ ਮੈਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਪਤਾ ਲੱਗਿਆ, ਇੰਸਟਾਗ੍ਰਾਮ ਉੱਪਰੋਂ ਕਮੈਂਟ ਆਇਆ ਹੋਇਆ ਸੀ, ਮੈਂ ਉਸ ਤੋਂ ਬਾਅਦ ਫਿਰ ਪਤਾ ਲੱਗਿਆ ਕਿਉਂਕਿ ਦਿਨ ਮੈਨੂੰ ਟਾਈਮ ਨਹੀਂ ਲੱਗਿਆ, ਹੈ ਨਾ? ਕੱਲ੍ਹ ਅਤੇ ਪਰਸੋਂ ਦਾ ਦੋ ਦਿਨ ਇਹ ਵਲੌਗ ਤੁਹਾਡੇ ਤੱਕ ਲੇਟ ਆਊਗਾ, ਅਤੇ ਦੋ ਦਿਨਾਂ ਤੋਂ ਜਿਹੜਾ ਲਗਾਤਾਰ ਵਾਇਰਲ ਹੋ ਰਿਹਾ ਜੀ। ਅਤੇ ਜਿੱਥੇ ਵੀ ਆਪਾਂ ਹੁਣ, ਚਾਹੇ ਤੁਸੀਂ ਯੂਟਿਊਬ ਖੋਲ੍ਹੋ, ਫੇਸਬੁੱਕ ਖੋਲ੍ਹੋ, ਇੰਸਟਾਗ੍ਰਾਮ ਖੋਲ੍ਹੋ ਜੀ, ਚਾਰੇ ਪਾਸੇ ਜਿਹੜੇ ਚਰਚੇ ਨੇ ਜੋ ਚੰਡੀਗੜ੍ਹ ਦੇ ਵਿੱਚ ਹੋਇਆ ਹੈਗਾ, ਹੈ ਨਾ, ਕੁਲਵਿੰਦਰ ਕੌਰ ਜੀ ਦੇ ਨੇ, ਅਤੇ ਬਹੁਤ ਬਹਾਦਰ ਲੇਡੀ ਆ, ਤੁਹਾਨੂੰ ਪਤਾ ਸਾਰਿਆਂ ਨੇ, ਸਾਰਿਆਂ ਨੂੰ ਹੈ ਨਾ ਵੀ ਕੀ ਗੱਲ ਹੋਈ ਆ, ਕੰਗਣਾ ਦੇ ਕੰਗਣਾ ਖੜਕਾ ਦਿੱਤੇ ਨੇ। ਅਤੇ ਇੱਕ ਗੱਲੋਂ ਤਾਂ ਹਾਸੀ ਵੀ ਆਉਂਦੀ ਸੀ ਦੇਖ ਕੇ, ਇੱਕ ਗੱਲ ਵਿਚਾਰੀ ਤਰਸ ਵੀ ਆਉਂਦਾ ਸੀ ਜਦੋਂ ਉਹਨਾਂ ਨਾ ਦਿੱਤੇ, ਉਹਦੀ ਮਗ ਦੇ ਬਾਅਦ ਵਿੱਚ ਉਹ ਦੇਖੀ ਹੈ ਨਾ ਵੀਡੀਓ, ਕਹਿੰਦੀ ਉਸਨੇ ਮੁਝੇ ਹਿੱਟ ਕੀਆ, ਐਂ ਕਹੇ ਮੁਝੇ ਹਿੱਟ ਕੀਆ, ਸਿੱਧਾ ਕਹਿ ਵੀ ਤੂੰ ਉਹਨੇ ਮੇਰੇ ਮਾਰ ਕੇ ਚਪੇੜਾ, ਹੈ ਨਾ, ਮੂੰਹ ਲਾਲ ਕਰਤਾ। ਅਤੇ ਵੈਸੇ ਹੈ ਨਾ ਕੁਛ ਵਿਊਰਸ ਇੱਥੇ ਇਹ ਖਿਲਾਫ਼ ਵੀ ਹੋਣਗੇ ਵੀ ਦੀਦੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ, ਪਤਾ ਜੀ ਜੋ ਵੀ ਹੈ ਕੋਈ ਵੀ ਇਨਸਾਨ ਹੈ ਜੋ ਵੀ ਕਿਸੇ ਵੀ ਆਪਾਂ ਧਰਮ ਦੇ ਖਿਲਾਫ਼, ਕਿਸੇ ਵੀ ਆਪਾਂ ਚੀਜ਼ ਦੇ ਖਿਲਾਫ਼ ਜਾਂ ਆਪਾਂ ਬੋਲ ਨਹੀਂ ਸਕਦੇ, ਹੈ ਨਾ? ਜੇ ਕਿਸੇ ਦੇ ਸ੍ਰੀ ਸਾਹਿਬ ਆਈ ਹੈ ਤਾਂ ਇਹ ਖਾਲਿਸਤਾਨੀ, ਜੇ ਹੁਣ ਉੱਥੇ ਕਿਸਾਨ ਧਰਨੇ 'ਤੇ ਬੈਠੇ ਤਾਂ ਉਹ ਖਾਲਿਸਤਾਨੀ। ਉਹਦੇ ਵੀ ਸਾਨੂੰ, ਆਪਾਂ ਨੂੰ ਵੀ ਉਸ ਦਿਨ ਦਾ ਇੰਨਾ ਗੁੱਸਾ ਲੱਗਿਆ ਸੀ ਜਿੱਥੇ ਜਿਸ ਦਿਨ ਉਹਨੇ ਸਾਡੀਆਂ ਮਾਵਾਂ ਭੈਣਾਂ ਨੂੰ ਕਿਹਾ ਸੀ ਵੀ ਇਹ ਟਕੇ ਟਕੇ 'ਤੇ ਵਿਕਣ ਵਾਲੀਆਂ ਨੇ, 100-100 ਰੁਪਏ 'ਤੇ ਦਿਹਾੜੀ 'ਤੇ ਆਈਆਂ ਹੋਈਆਂ ਨੇ, ਵੀ ਇਹ ਕਿਸਾਨ ਨਹੀਂ ਹੈਗੇ, ਹੈ ਨਾ? ਹਰ ਇੱਕ ਨੂੰ ਗੁੱਸਾ ਲੱਗਦਾ ਜੀ, ਕੋਈ ਨਹੀਂ ਕਹਾਉਂਦਾ। ਅਤੇ ਉਹ ਭੈਣ ਕਹਿੰਦੀ ਨੇ ਇਹਦਾ ਵੀ ਬਿਆਨ ਆਪਾਂ ਦੇਖੋ ਸੁਣਿਆ ਜਿੰਨਾ ਕੁ, ਵੀ ਜਿਸ ਦਿਨ ਤੂੰ ਕਿਹਾ ਸੀ ਵੀ ਇਹ 100 ਰੁਪਏ ਦਿਹਾੜੀ 'ਤੇ ਆਈਆਂ, ਵੀ ਮੇਰੀ ਮਾਂ ਉੱਥੇ ਉਸ ਦਿਨ ਧਰਨੇ 'ਤੇ ਬੈਠੀ ਸੀ, ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀ, ਉਹਨਾਂ ਨੇ ਆਪਣਾ ਪੂਰਾ ਕੱਢ ਲਿਆ। ਉਂਝ ਜਿੰਨੀ ਕੁ ਗੱਲ ਆ ਰਹੀ ਹੈ ਵੀ ਉਹ ਜੀ ਮਤਲਬ ਕਿ ਸਿਕਿਉਰਿਟੀ ਚੈਕਿੰਗ ਦੌਰਾਨ ਉਹਨਾਂ ਨੇ ਕੁਛ ਕਿਹਾ ਹੋਊਗਾ ਵੀ ਆ ਮੋਬਾਈਲ ਵਗੈਰਾ ਕੁਛ ਵੀ ਚੈਕਿੰਗ ਕਰਵਾ ਰਹੇ ਹੋਣਗੇ, ਉੱਥੋਂ ਉਹਨਾਂ ਦੀ ਤੂੰ ਤੂੰ ਮੈਂ ਹੋਈ ਕਿਸੇ ਗੱਲ ਤੋਂ ਬਾਅਦ ਦੇ ਵਿੱਚ ਪਤਾ ਲੱਗੂ, ਹੈ ਨਾ, ਕੀ ਗੱਲ ਹੋਈ ਜਦੋਂ ਕੁਲਵਿੰਦਰ ਭੈਣ ਦੇ ਬਿਆਨ ਸੁਣਾਂਗੇ ਜਾਂ ਸੀਸੀਟੀਵੀ ਦੀਆਂ ਫੁਟੇਜ ਸਾਹਮਣੇ ਆਉਣਗੀਆਂ, ਅਸਲ ਗੱਲ ਤਾਂ ਫਿਰ ਪਤਾ ਲੱਗੂਗਾ, ਪਿੱਛੋਂ ਥੋੜ੍ਹੀ ਜਿਹੀ ਕਿਸੇ ਨੇ ਵੀਡੀਓ ਬਣਾਈ ਆ ਉਹੀ ਵਾਇਰਲ ਹੋਈ ਹੈਗੀ।
ਤੇ ਚਲੋ ਠੀਕ ਹੈ। ਵੈਸੇ ਹੁਣ ਨਾ ਮੈਂ ਤਾਂ ਕਹਿੰਦੀ ਹੁੰਦੀ ਹਾਂ ਵੀ ਜਿਹੜਾ ਵੀ ਕੋਈ ਕਿਸੇ ਨੂੰ ਗਲਤ ਬੋਲਦਾ ਉਹਨੂੰ ਬੋਲਣ ਦੀ ਥੋੜ੍ਹੀ ਤਮੀਜ਼ ਸਿਖਾਉਣੀ ਚਾਹੀਦੀ ਆ। ਦੇਖੋ ਸਭ ਧਰਮਾਂ ਦਾ, ਸਭ ਕੋਈ ਵੀ ਚਾਹੇ ਜਾਤ ਹੈ, ਕੋਈ ਵੀ ਚਾਹੇ ਧਰਮ ਹੈ ਜੀ, ਕੋਈ ਵੀ ਚਾਹੇ ਕਿੱਤਾ ਕਰਨ ਵਾਲਾ ਹੈਗਾ, ਸਭ ਦੀ ਰਿਸਪੈਕਟ ਕਰਨੀ ਬਣਦੀ ਹੈ ਨਾ। ਅਤੇ ਕਈ ਵਾਰੀ ਇਹ ਤੁਸੀਂ ਦੇਖਿਆ ਹੋਊਗਾ ਵੀ ਇਹ ਨਾ ਕੁੜੀਆਂ ਡਾਂਸ ਵਗੈਰਾ ਡਾਂਸਰਾਂ ਹੁੰਦੀਆਂ ਨੇ ਜਿਹੜੀਆਂ, ਹੈ ਨਾ, ਅਤੇ ਲੋਕ ਇਹਨਾਂ ਦੀ ਬੇਇੱਜ਼ਤੀ ਕਰ ਦਿੰਦੇ ਨੇ ਜਾਂ ਕਿਵੇਂ ਵੀ। ਮੈਂ ਕਹਿੰਦੀ ਹੁੰਦੀ ਹਾਂ ਵੀ ਉਹ ਉਹਨਾਂ ਦਾ ਕਰਮ ਹੈ, ਹੈ ਨਾ, ਉਹ ਆਪਦਾ ਕੰਮ ਕਰਦੀਆਂ ਨੇ, ਕੰਮ ਕਰਕੇ ਆਪਦੇ ਬੱਚੇ ਪਾਲ ਰਹੀਆਂ ਨੇ ਜਾਂ ਆਪਦੀ ਫੈਮਿਲੀ ਚਲਾ ਰਹੀਆਂ ਨੇ, ਉਹ ਉਹਨਾਂ ਦੀ ਰੋਜ਼ੀ ਰੋਟੀ ਆ। ਦੇਖੋ ਜੀ, ਚਲੋ ਉਹ ਆਪਦਾ ਕੰਮ ਕਰਦੀਆਂ ਨੇ, ਵੀ ਕਿਸੇ ਨੂੰ ਫਿਕਰ ਦੇ ਵੀ ਕਿਸੇ ਦੇ ਕੰਮ ਤੋਂ ਜੱਜ ਨਾ ਕਰੋ ਵੀ ਉਹ ਇਨਸਾਨ ਕਿਸ ਤਰ੍ਹਾਂ ਦਾ ਹੋਊਗਾ, ਜਾਂ ਉਹਦੇ ਕਿੱਤੇ ਨੂੰ ਲੈ ਕੇ ਬੋਲਣਾ, ਜਾਂ ਉਹਦੇ ਧਰਮ ਨੂੰ ਲੈ ਕੇ ਬੋਲਣਾ, ਜਾਂ ਉਹਦੀ ਜਾਤ ਨੂੰ ਲੈ ਕੇ ਟ੍ਰੋਲ ਕਰਨਾ, ਹੈ ਨਾ, ਇਹ ਬਹੁਤ ਜ਼ਿਆਦਾ ਮਾੜੀ ਗੱਲ ਹੁੰਦੀ ਆ। ਨਾਲੇ ਤੂੰ ਵੀ ਐਡੀ ਵੱਡੀ ਸੈਲੀਬ੍ਰਿਟੀ ਹੋ ਕੇ, ਤੈਨੂੰ ਬੋਲਣ ਦੀ ਅਕਲ ਨਹੀਂ, ਪਹਿਲਾਂ ਸ਼ੁਭ ਨੇ ਉਹਨੂੰ ਸਿਖਾਈ ਸੀ ਅਕਲ, ਪਹਿਲਾਂ ਸ਼ੁਭਦੀਪ ਨੇ, ਫਿਰ ਸ਼ੁਭ ਨੇ, ਹੁਣ ਆ ਭੈਣ ਕੁਲਵਿੰਦਰ ਕੌਰ ਨੇ ਚੰਗੀ ਤਰ੍ਹਾਂ ਸਮਾਨ ਪਾਤਾ, ਹੁਣ ਟਿੱਕ ਜੂਗੀ ਹਰ ਇੱਕ ਦੇ। ਜਿਹੜਾ ਵੀ ਗਲਤ ਮਲਤ ਬੋਲਦਾ ਕਿਸੇ ਨੂੰ ਨਾ, ਉਹ ਜੁੱਤੀਆਂ ਦਾ ਹੱਕਦਾਰ ਆ, ਪੈਣੀਆਂ ਚਾਹੀਦੀਆਂ ਨੇ, ਗੇੜ ਆ ਹੀ ਜਾਂਦਾ, ਹੈ ਨਾ, ਕਦੇ ਨਾ ਕਦੇ ਦਾ ਬੰਦਾ ਹਿਸਾਬ ਕਿਤਾਬ ਦੇ ਵਿੱਚ। ਚਲੋ ਠੀਕ ਹੈ ਜੀ, ਆਪਾਂ ਜਿਹੜੇ ਵਲੋਗ ਦਾ ਐਂਡ ਇੱਥੇ ਕਰ ਦਿਆਂਗੇ, ਅਤੇ ਰਾਤ ਕਾਫੀ ਜ਼ਿਆਦਾ ਹੋ ਗਈ ਹੈ, ਅਤੇ ਫਿਰ ਆਪਾਂ ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕੱਲ੍ਹ ਵਾਲੇ ਵਲੋਗ ਦੇ ਵਿੱਚ ਵੀ ਆਪਾਂ ਕੀ ਕੁਛ ਲੈ ਕੇ ਆਏਗੇ, ਕਿਹੜਾ ਸਮਾਨ ਖਰੀਦਿਆਗਾ, ਅਤੇ ਆਪਾਂ ਨੈਕਸਟ ਵਲੋਗ ਵਿੱਚ ਗੱਲਬਾਤ ਕਰਾਂਗੇ। ਠੀਕ ਹੈ ਜੀ, ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।